बिसम अस्सलाम वालेकुम प्यारे दोस्तों मेरा नाम है हैमाल और आप देख रहे हैं मेरा यूट्यूब चैनल बेस्ट जो बैड टी वी जी दोस्तों पहले की तरह एक नए एपिसोड एक नई वीडियो के साथ आपकी खिदमत में हाजिर है और सालम मंडी बलवाल का आपको विजिट करवा रहा है माशाल्लाह एक और ख़ूबसूरत सा डेरा इस डेरे के ऊपर कुछ चंद से जो है वो जानवर माशाल्लाह खड़े हैं लेकिन कमाल के दाने खड़े हैं ये माशाल्लाह ये मेरे सामने आप एक देख सकते हैं माशाल्लाह इसकी अंडर क्वालिटी मैंने आपको जूम करके चेक करवाई है और माशाल्लाह सबाब वाले गाय है اور ابھی سے جو ہے وہ اس کا یہ اپ سباب چیک کر سکتے ہیں ماشاءاللہڈر کوالٹی چیک کر سکتے ہیں اور تھلے جرسی دا کراس ہے ماشاءاللہ پیور گونی مونی ہے کوئی سنگ نہیں ہے اور ماشاءاللہ موٹھلے تھانے تے کمال دا دانہ اور ماشاءاللہ دے نال ایک اور ماشاءاللہ کمال دا ہیرہ کمال دا دانہ اور کالے گلے موٹھلے تھن ماشاءاللہڈر کوالٹی کمال دا اور تھلے دے بھی بچی ਮਾਸ਼ਾਅੱਲਾ ਦੁੱਧ ਵਾਲੀਆਂ ਵੇਨਾ ਤੁਹਾਨੂੰ ਵਾਜ਼ੇ ਨਜ਼ਰ ਆ ਰਹੀਆਂ ਇਸ ਵੀਡੀਓ ਦੇ ਅੰਦਰ ਔਰ ਮਾਸ਼ਾਅੱਲਾ ਇਹਨਾਂ ਦੋਹਾਂ ਦੀ ਜਿਹੜੀ ਡਿਮਾਂਡ ਚੱਲ ਰਹੀ ਹੈ ਉਹ ਸਵਾ 5-5 ਲੱਖ ਰੁਪਏ ਡਿਮਾਂਡ ਚੱਲ ਰਹੀ ਹੈ ਔਰ ਇਹਦੇ ਥੱਲੇ ਤਕਰੀਬਨ ਜਿਹੜਾ ਹੈ ਉਹ ਇਹ ਤੱਕ ਬੋਲੀ ਹੈ ਇਹ ਤੱਕ ਦੁੱਧ ਤੇ ਨਹੀਂ ਆਈਆਂ ਸਜਰੀਆਂ ਸੁਈਆਂ ਹਨ ਲੇਕਿਨ ਦੁੱਧ ਤੇ ਤੱਕ ਨਹੀਂ ਆਈਆਂ ਬੋਲੀ ਹੈ ਔਰ ਸਾਲਮ ਮੰਡੀ ਬਲਵਾਲ ਦੇ ਅੰਦਰ ਹੈ ਔਰ ਮਾਸ਼ਾਅੱਲਾ ਇੱਥੇ ਇੱਕ ਔਰ ਆਏ ਹਾਏ ਹਾਏ ਕੀ ਬਾਤ ਹੈ ਮਾਸ਼ਾਅੱਲਾ ਡੱਬੀ ਬਾੜੀ ਸੋਹਣਾ ਪ੍ਰਿੰਟ ਸੋਹਣੇ ਗੁੱਲੇ ਦ ਸੋਨਾ ਕਟਲ ਆਰਡਰ ਕੁਆਲਟੀ ਮਾਸ਼ਾਅੱਲਾ ਥੱਲੇ ਮਾਸ਼ਾਅੱਲਾ ਪਿੰਕ ਨੋਜ਼ ਦੇ ਅੰਦਰ ਵੱਚੀ ਤੇ ਮਾਸ਼ਾਅੱਲਾ ਵਪਾਰੀ ਹਜ਼ਰਤ ਦੇ ਬਕੌਲ 16 ਤੋਂ 18 ਯਾਨੀ ਕਿ 20 ਲੀਟਰ ਤੱਕ ਦੁੱਧ ਕਰਨ ਲਈ ਹੈ ਤੇੜਾ ਦਾ ਸਬਬ ਦਿਸਦਾ ਵੇ ਨਾ ਇੱਕ ਕਰਨ ਲਈ ਹੈ ਇਹਦੇ ਵਿੱਚ ਕੋਈ ਬਾਰਗੇਨਿੰਗ ਨਹੀਂ ਹੈ ਮਾਸ਼ਾਅੱਲਾ ਸੋਨਾ ਦਾਣਾ ਤੇ ਮਾਸ਼ਾਅੱਲਾ ਇਹਦਾ ਮਾਸ਼ਾਅੱਲਾ ਸਟਰਕਚਰ ਜਿਹੜਾ ਕਮਾਲ ਦਾ ਸਟਰਕਚਰ ਹੈ ਤੇ ਜਿਹੜੀ ਦੀ ਡਿਮਾਂਡ ਚੱਲ ਰਹੀ ਹੈ 6 ਲੱਖ ਰੁਪਏ ਡਿਮਾਂਡ ਚੱਲ ਰਹੀ ਹੈ ਸ਼ਾਇਦ ਫਰਕ ਹੈ ਚੀਜ਼ 'ਚ ਫਰਕ ਹੈ ਮਾਸ਼ਾਅੱਲਾ ਕੁਆਲਟੀਆਂ ਦੇ ਫਰਕ ਹੁੰਦੇ ਨੇ ਜਿਹੜੇ ਦੋਸਤ ਬਾਈ ਵੀ ਇਹਨਾਂ ਦਾ ਸ਼ੌਕ ਰੱਖਦੇ ਨੇ ਉਹ ਜ਼ਿਆਦਾਤਰ ਇਹਨਾਂ ਚੀਜ਼ਾਂ ਜਾਣਦੇ ਨੇ ਤਾਂ ਮਾਸ਼ਾਅੱਲਾ ਇਹਦੇ ਨਾਲ ਇੱਕ ਹੋਰ ਕਮਾਲ ਦਾ ਆਰਡਰ ਲੇਕਿਨ ਥੋੜਾ ਆਰਡਰ ਇਹਦੇ ਵਿੱਚ ਥੋੜਾ ਸਾ ਲੂਜ਼ ਆਰਡਰ ਹੈ ਲੇਕਿਨ ਹੈ ਇਹ ਵੀ ਮਾਸ਼ਾਅੱਲਾ ਕਮਾਲ ਦਾ ਦਾਣਾ ਔਰ ਇਹਦੇ ਥੱਲੇ ਮਾਸ਼ਾਅੱਲਾ ਵੱੱਛਾ ਔਰ ਕਾਲੇ ਗੁੱਲੇ ਹਨ ਮਾਸ਼ੱਲਾ ਦੁੱਧ ਦੀਆਂ ਥੋੜੀਆਂ ਥੋੜੀਆਂ ਵੇਨਾ ਤੁਹਾਂ ਜਿਹੜੀਆਂ ਨੇ ਥੋੜੀਆਂ ਸਾਫ਼ ਨਜ਼ਰ ਆ ਉਸਨੀਆਂ ਮਾਸ਼ੱਲਾ ਇਹ ਚੈੱਕ ਕਰੋ ਇਹ ਚੀਜ਼ ਇਹ ਦੁੱਧ ਦੀਆਂ ਵੇਨਾ ਨੇ ਤੇ ਕਾਲੇ ਗੁੱਲੇ ਨੇ ਕਮਾਲ ਦੇ ਦਾਣੇ ਨੇ ਤੇ ਸਾਲ ਮੰਡੀ ਬਲਵਾਲ ਦੇ ਵਿੱਚ ਮਾਸ਼ੱਲਾ ਬਰੋਜ਼ ਬੁੱਧਲੇ ਦਿਨ ਤੇ ਕਮਾਲ ਦਾ ਦਾਣਾ ਥੱਲੇ ਬੱਚਾ ਮਾਸ਼ੱਲਾ ਡਿਮਾਂਡ ਪਉਣੇ 6 ਲੱਖ ਰੁਪਏ ਮਾਸ਼ੱਲਾ ਟੈਗਾ ਨਾਲ ਹੈ ਤੇ ਮਾਸ਼ੱਲਾ ਥੋੜੀ ਨਲਾਈ ਹੋਈ ਨਹੀਂ ਕਿਉਂਕਿ ਥੋੜਾ ਮੌਸਮ ਦੀ ਥੋੜੀ ਖਰਾਬੀ ਦੀ ਵਾਏ ਤੋ ਨਾ ਇਹ ਉਹ ਜਿੱਤਾ ਕਿ ਨਮਾਇਨ ਨਹੀਂ ਹੈ ਥੋੜੀ ਇਸ ਦੀ ਵਜ੍ਹਾ ਤੋਂ ਥੋੜਾ ਜਿਹੜਾ ਨਾ ਉਹ ਸਫਾਈ ਨਹੀਂ ਹੈ ਔਰ ਇਹਦੇ ਨਾਲ ਮਾਸ਼ਾਅੱਲਾ ਇੱਕ ਹੋਰ ਵੀ ਤੁਹਾਨੂੰ ਚੈੱਕ ਕਰਵਾਉਣੇ ਆ ਇਹ ਵੀ ਇੱਕ ਸਾਈਡ ਤੋਂ ਦੂਜੀ ਸਾਈਡ ਤੋਂ ਕਿਉਂਕਿ ਥੱਲੇ ਤੁਸੀਂ ਵੇਖ ਰਹੇ ਹੋ ਕੀਚੜ ਬਹੁਤ ਜ਼ਿਆਦਾ ਕਿਉਂਕਿ ਮੰਡੀ ਦੇ ਅੰਦਰ ਬਾਰਿਸ਼ ਹੋਈ ਹੈ ਬਾਰਿਸ਼ ਦੀ ਵਜ੍ਹਾ ਤੋਂ ਮਾਸ਼ਾਅੱਲਾ ਥੱਲੇ ਜਿਹੜਾ ਹੈ ਨਾ ਕੀਚੜ ਵਗੈਰਾ ਉਹ ਬਹੁਤ ਜ਼ਿਆਦਾ ਹੈ ਇਹ ਵੀ ਮਾਸ਼ਾਅੱਲਾ ਆਪਣੇ ਸਾਹਮਣੇ ਦੇਖ ਸਕਦੇ ਆ ਕਮਾਲ ਦਾ ਦਰਨਾ ਥੱਲੇ ਬੱਛੀ ਹੈ ਗੋਨੀ ਮੋਨੀ ਹੈ ਕੋਈ ਸਿੰਗ ਨਹੀਂ ਤੇ ਕੱਟ ਅਲ ਆਰਡਰ ਤੇ ਟਾਈਟ ਆਰਡਰ ਦੇ ਅੰਦਰ ਮਾਸ਼ਾਅੱਲਾ ਹੁਣ ਦੇ ਨਾਲ ਇਹਦਾ ਇ ਤੇ ਸਟ੍ਰਕਚਰ ਵੀ ਸੋਹਣਾ ਤੇ ਚਮਾਂ ਪੈਰਾਂ ਦੇ ਉੱਤੇ ਆਪਣਾ ਵਜ਼ਨ ਬਰਾਬਰ ਰੱਖਿਆ ਹੋਇਆ ਤੇੜੀ ਦੀ ਡਿਮਾਂਡ ਚੱਲ ਰਹੀ ਹੈ ਉਹ ਡਿਮਾਂਡ ਸਾਡੇ 5 ਲੱਖ ਰੁਪਿਆ ਤੇ ਵਪਾਰੀ ਹਜ਼ਰਤ ਦੇ ਵਕਾਲ 12 ਤੋਂ 14 ਲੀਟਰ ਦੁੱਧ ਵੀ ਦੇ ਕੋਲ ਹੈ ਆਏ ਹਾ ਕੀ ਬਾਤ ਹੈ ਡੱਬੀ ਬਾੜੀ ਪ੍ਰਿੰਟ ਦੇ ਅੰਦਰ ਤੇ ਸੋਹਣਾ ਕਮਾਲ ਦਾ ਦਾਣਾ ਮਾਸ਼ਾਅੱਲਾ ਕੋਈ ਡੇੜੇ ਕੱਢਦੀ ਏ ਤੇ ਇਸ ਦੇ ਨਾਲ ਹੁਣਾਂ ਨਾਲ ਇਸ ਦਾ ਅਹਿਸ ਬਾਬੇ ਕਮਾਲ ਦਾ ਦਾਣਾ ਹਫਤਾ ਚਾਰ ਪੰਜ ਦਿਨ ਇਸ ਕੱਢ ਵਣਨਗੇ ਤੇ ਸੋਹਣਾ ਦਾਣਾ ਹੈ ਸੋਹਣਾ ਪੀਸ ਹੈ ਤੇ ਘੋਨੀ ਮੋਨੀ ਹੈ ਸੋਹਣੀ ਬੂਤੀ ਸੋਹਣੀ ਬੂਤੀ ਤੇ ਛੋਟੀ ਬੂਤੀ ਤੇ ਕਮਾਲ ਦਾ ਦਾਣਾ ਤੇ ਇਹਦੀ ਡਿਮਾਂਡ ਹੈ ਉਹ ਵੀ 5 ਲੱਖ 35 35000 ਦੇ ਰੇਂਜ ਅਬਾਊਟ ਚੱਲ ਰਹੀ ਹੈ ਔਰ ਦੇ ਨਾਲ ਇੱਕ ਹੋਰ ਹੈਵੀ weight ਦੇ ਅੰਦਰ ਮਸ਼ਲ ਹੈਵੀ ਕੁਆਲਿਟੀ ਦੇ ਅੰਦਰ ਤੇ ਸੋਹਣਾ ਜਿਹਾ ਪ੍ਰਿੰਟ ਸੋਹਣਾ ਜਿਹਾ ਦਾਣਾ ਤੇ ਸੋਹਣੇ ਜਿਹਾ ਮਾਸ਼ਾਅੱਲਾ ਇਹਦਾ ਆਰਡਰ ਕੁਆਲਿਟੀ ਕਾਟਾ ਲਾਡਰ ਹੈ ਤੇ ਸੋਹਣਾ ਟਾਈਟ ਜਿਹਾ ਆਰਡਰ ਹੈ ਕੋਈ ਲੂਜ਼ਿੰਗ ਨਹੀਂ ਹੈ ਕੋਈ ਬਾਰਗੇਨਿੰਗ ਨਹੀਂ ਮਾਸ਼ਾਅੱਲਾ ਇਹਦੇ ਥੱਲੇ ਜਿਹੜੀ ਬੱਚੀ ਹੈ ਤੇ ਬਕਾਰੀ ਵਪਾਰੀ ਜਰਾ ਦੇ ਬਕੌਲ ਜਿਹੜਾ 14 ਤੋਂ ਸੌਰੀ 16 ਤੋਂ 18 ਲੀਟਰ ਦੁੱਧ ਇਹਦੇ ਕੋਲ ਮੌਕੇ ਦੀ ਚਵਾਈ ਹੈ ਜਿਹੜੀ ਦੀ ਡਿਮਾਂਡ ਚੱਲ ਰਹੀ ਹੈ 6.5 ਲੱਖ ਰੁਪਈਆ ਇਸ ਦੀ ਡਿਮਾਂਡ ਚੱਲ ਰਹੀ ਹੈ ਤਾਂ ਮਾਸ਼ਾਅੱਲਾ ਕਮਾਲ ਦਾ ਦਾਣਾ ਹੈ ਕਮਾਲ ਦਾ ਹੀਰਾ ਜਿਸ ਤਰ੍ਹਾਂ ਵੀ ਮੰਡੀ ਵਿੱਚ ਤੁਸੀਂ ਇੱਕ ਵਾਰ ਇੰਟਰ ਹੋਵੋਗੇ ਮਾਸ਼ੱਲਾ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਇੰ ਇੰਦੇ ਤੁਹਾਡੇ ਇੱਥੇ ਦਾਣੇ ਇੰ ਇੰਦੇ ਸੋਹਣੇ ਤੁਹਾਨੂੰ ਪੀਸ ਇੱਥੇ ਨਜ਼ਰ ਆਉਣਗੇ